ਦੋਸਤੋ, ਪੰਜਾਬੀ ਗਾਇਕੀ ਵਿੱਚ ਦੁਗਾਣਾ ਗਾਇਕੀ ਦਾ ਆਪਣਾ ਇੱਕ ਵੱਖਰਾ ਮੁਕਾਮ ਹੈ। ਬਹੁਤ ਸਾਰੇ ਕਲਾਕਾਰਾਂ ਨੇ ਪੰਜਾਬੀ ਦੁਗਾਣੇ ਗਾਏ ਅਤੇ ਨਾਮਣਾ ਖੱਟਿਆ। ਅਜਿਹੇ ਹੀ ਗਾਇਕਾਂ ਵਿੱਚੋਂ ਦੁਗਾਣਾ ਗਾਇਕੀ ਵਿੱਚ ਧਰੁਵ ਤਾਰੇ ਵਾਂਗ ਚਮਕਦਾ ਇੱਕ ਨਾਮ ਹੈ ਕਰਤਾਰ ਰਮਲਾ ਜੀ, ਅਤੇ ਅੱਜ ਅਸੀਂ ਉਹਨਾਂ ਦੇ ਜੀਵਨ ਅਤੇ ਗਾਇਕੀ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ। ਦੋਸਤੋ, ਕਰਤਾਰ ਰਮਲਾ ਜੀ ਦਾ ਜਨਮ ਦੇਸ਼ ਦੀ ਵੰਡ ਵਾਲੇ ਸਾਲ ਜਾਣੀ ਕਿ 1947 ਵਿੱਚ ਪਾਕਿਸਤਾਨ ਵਿੱਚ ਹੋਇਆ ਅਤੇ ਕਰਤਾਰ ਰਮਲਾ ਜੀ ਦੀ ਮਹਿਜ 4 ਮਹੀਨੇ ਦੀ ਉਮਰ ਸੀ ਜਦੋਂ ਉਹਨਾਂ ਦੇ ਪਰਿਵਾਰ ਨੂੰ ਉੱਜੜਨਾ ਪਿਆ ਅਤੇ ਉਹ ਫਰੀਦਕੋਟ ਆ ਕੇ ਵੱਸ ਗਏ। ਇੱਥੇ ਹੀ ਰਮਲਾ ਜੀ ਦਾ ਬਚਪਨ ਬੀਤਿਆ ਅਤੇ ਉਹਨਾਂ ਮੁੱਢਲੀ ਪੜ੍ਹਾਈ ਬਲਬੀਰ ਸਕੂਲ ਫਰੀਦਕੋਟ ਤੋਂ ਪ੍ਰਾਪਤ ਕੀਤੀ। ਕਰਤਾਰ ਰਮਲਾ ਜੀ ਦੇ ਪਿਤਾ ਜੀ ਵੀ ਗਾਇਕੀ ਦੀਆਂ ਬਰੀਕੀਆਂ ਜਾਣਦੇ ਸਨ, ਇਸ ਕਰਕੇ ਮੁੱਢਲੀ ਸੰਗੀਤ ਸਿੱਖਿਆ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਪ੍ਰਾਪਤ ਕੀਤੀ ਅਤੇ ਉਹਨਾਂ ਨੇ ਆਪਣਾ ਉਸਤਾਦ ਸੰਪੂਰਨ ਸਿੰਘ ਝੱਲਾ ਜੀ ਨੂੰ ਬਣਾਇਆ। ਉਹਨਾਂ ਨੇ ਆਪਣਾ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ ਗੁਰਦੁਆਰਾ ਜੰਡ ਸਾਹਿਬ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਕੇ ਕੀਤੀ ਅਤੇ ਫਿਰ ਲਗਾਤਾਰ ਧਾਰਮਿਕ ਪ੍ਰੋਗਰਾਮ ਕਰਦੇ ਰਹੇ। ਸੰਪੂਰਨ ਸਿੰਘ ਝੱਲਾ ਹੋਣਾ ਨੇ ਹੀ ਉਹਨਾਂ ਦਾ ਨਾਮ ਕਰਤਾਰ ਸਿੰਘ ਤੋਂ ਬਦਲ ਕੇ ਕਰਤਾਰ ਰਮਲਾ ਰੱਖਿਆ। 16 ਸਾਲ ਦੀ ਉਮਰ ਵਿੱਚ ਉਹ ਆਪਣਾ ਘਰ ਬਾਰ ਛੱਡ ਕੇ ਲੁਧਿਆਣੇ ਜਨਾਬ ਜਸਵੰਤ ਭਵਰਾ ਜੀ ਕੋਲ ਆ ਗਏ ਅਤੇ ਗਾਇਕ ਬਣਨ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। 1977 ਵਿੱਚ ਉਹਨਾਂ ਦਾ ਪਹਿਲਾ ਰਿਕਾਰਡ ਬਾਪੂ ਦਾ ਖੂੰਡਾ ਸੁਖਵੰਤ ਕੌਰ ਸੁੱਖੀ ਜੀ ਨਾਲ ਰਿਕਾਰਡ ਹੋਇਆ, ਜੋ ਕਿ ਸੰਨ 1978 ਵਿੱਚ ਰਿਲੀਜ਼ ਹੋਇਆ, ਅਤੇ ਇਸ ਪਹਿਲੇ ਰਿਕਾਰਡ ਨੇ ਹੀ ਕਰਤਾਰ ਰਮਲਾ ਜੀ ਅਤੇ ਸੁਖਵੰਤ ਸੁੱਖੀ ਜੀ ਦੀ ਜੋੜੀ ਨੂੰ ਹਿੱਟ ਕਰ ਦਿੱਤਾ। ਹਰ ਬਨੇਰੇ ਤੇ ਇਹ ਗੀਤ ਵੱਜਿਆ ਅਤੇ ਉਸ ਤੋਂ ਬਾਅਦ ਬਹੁਤ ਸਾਰੇ ਹਿੱਟ ਗੀਤ ਇਸ ਜੋੜੀ ਨੇ ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾਏ। 1983 ਵਿੱਚ ਇਹਨਾਂ ਦੇ ਹਿੱਟ ਗੀਤ ਕਹਿੰਦੀ ਮੇਰਾ ਸਿਰ ਦੁਖਦਾ ਬੇਹੱਦ ਹਿੱਟ ਹੋਇਆ। ਉਹ ਦਿਨ 15 ਕੋ ਹੋਏ ਲੈ ਕੇ ਆਇਆ ਮੁਕਲਾਵਾ ਪੀ ਲਿਆ ਤਣੇ ਮੈਂ ਰੱਜ ਕੇ ਸ਼ਰਾਬ 15 ਕੋ ਹੋਏ ਲੈ ਕੇ ਆਇਆ ਮੁਕਲਾਵਾ ਪੀ ਲਿਆ ਤਣੇ ਮੈਂ ਰੱਜ ਕੇ ਸ਼ਰਾਬ ਕਹਿੰਦੀ ਮੇਰਾ ਸਿਰ ਦੁਖਦਾ ਹਾਏ ਕਹਿੰਦੀ ਮੇਰਾ ਸਿਰ ਦੁਖਦਾ ਉਹ ਨਾਲੇ ਅੱਜ ਮੇਰਾ ਮੂਡ ਖਰਾਬ ਅੱਗੋਂ ਕਹਿੰਦੀ ਸਿਰ ਦੁਖਦਾ। ਪਰ ਇਸਦੇ ਨਾਲ ਹੀ ਦੁੱਖ ਭਰੀ ਖਬਰ ਇਹ ਸੀ ਕਿ ਕਰਤਾਰ ਰਮਲਾ ਜੀ ਅਤੇ ਸੁਖਵੰਤ ਸੁੱਖੀ ਜੀ ਦਾ ਸੈੱਟ ਟੁੱਟ ਗਿਆ, ਜਿਸ ਤੋਂ ਬਾਅਦ ਕਰਤਾਰ ਰਮਲਾ ਜੀ ਬਹੁਤ ਪਰੇਸ਼ਾਨ ਹੋ ਗਏ। 1984 ਵਿੱਚ ਉਹਨਾਂ ਨੇ ਕੁਲਦੀਪ ਕੌਰ ਜੀ, ਹਰਨੀਤ ਨੀਤੂ ਜੀ ਅਤੇ ਊਸ਼ਾ ਕਿਰਨ ਜੀ ਨਾਲ ਸੈੱਟ ਬਣਾਇਆ ਅਤੇ ਪ੍ਰੋਗਰਾਮ ਲਗਾਏ। 1986 ਦੇ ਵਿੱਚ ਕਰਤਾਰ ਰਮਲਾ ਜੀ ਨੇ ਪਰਮਜੀਤ ਸੰਧੂ ਜੀ ਨਾਲ ਸੈੱਟ ਬਣਾਇਆ ਅਤੇ ਰਿਕਾਰਡ ਮੇਰੇ ਦਿਲ ਵਿੱਚ ਤੂੰ ਕੱਢਿਆ। ਜਿਸ ਰਿਕਾਰਡ ਨੇ ਇੱਕ ਵਾਰ ਫਿਰ ਬਹਿਜਾ ਬਹਿਜਾ ਕਰਵਾ ਦਿੱਤੀ। ਇਸੇ ਦੌਰਾਨ ਰਮਲਾ ਜੀ ਅਤੇ ਪਰਮਜੀਤ ਸੰਧੂ ਜੀ ਨੇ ਵਿਆਹ ਕਰਵਾ ਲਿਆ, ਜਿਨ੍ਹਾਂ ਦੀਆਂ ਦੋ ਬੇਟੀਆਂ ਮੈਂਡੀ ਸੰਧੂ ਅਤੇ ਸੈਂਡੀ ਸੰਧੂ ਵੀ ਬਹੁਤ ਵਧੀਆ ਕਲਾਕਾਰ ਹਨ। 1994 ਵਿੱਚ ਕਰਤਾਰ ਰਮਲਾ ਜੀ ਅਤੇ ਪਰਮਜੀਤ ਸੰਧੂ ਜੀ ਦਾ ਸੈੱਟ ਵੀ ਟੁੱਟ ਗਿਆ। 1996 ਵਿੱਚ ਕਰਤਾਰ ਰਮਲਾ ਜੀ ਨੇ ਮਨਜੀਤ ਕੌਰ ਜੀ ਨਾਲ ਸੁਪਨਾ ਹੋ ਗਈ ਪਾਲੀਏ ਕੈਸਟ ਕੱਢੀ, ਜੋ ਕਿ ਸੁਪਰਹਿੱਟ ਰਹੀ। ਕਾਲਜ ਵਿੱਚ ਮਾਰਾਂ ਗੇੜਾ ਵੇਖਣ ਨੂੰ ਮੁਖੜਾ ਤੇਰਾ ਕਾਲਜ ਵਿੱਚ ਮਾਰਾਂ ਗੇੜਾ ਵੇਖਣ ਨੂੰ ਮੁਖੜਾ ਤੇਰਾ ਕਿੱਥੇ ਜਾ ਬਹਿ ਗਈ ਨੀ ਸੁਪਨਾ ਹੋ ਗਈ ਪਾਲੀਏ ਮਿਲੋ ਵੀ ਰਹਿ ਗਈ ਨੀ ਸੁਪਨਾ ਹੋ ਗਈ ਪਾਲੀਏ। ਇਸ ਤੋਂ ਬਾਅਦ ਕਰਤਾਰ ਰਮਲਾ ਜੀ ਨੇ ਤੇਜਵੀਰ ਰਾਜੂ ਨਾਲ ਕਾਲੀਆਂ ਜ਼ੁਲਫਾਂ ਕੈਮਰੇ 'ਚ ਬੰਦ ਕਰ ਲਈ ਅਤੇ ਹੋਰ ਕੈਸਟਾਂ ਰਿਕਾਰਡ ਕੀਤੀਆਂ ਜੋ ਸਫਲ ਰਹੀਆਂ। ਕੁਝ ਚਿਰ ਖਾਮੋਸ਼ ਰਹਿਣ ਤੋਂ ਬਾਅਦ 2013 ਵਿੱਚ ਕਰਤਾਰ ਰਮਲਾ ਜੀ ਨੇ ਨਵਜੋਤ ਰਾਣੀ ਨਾਲ ਸੈੱਟ ਬਣਾ ਕੇ ਦੁਬਾਰਾ ਐਂਟਰੀ ਮਾਰੀ ਅਤੇ ਲਗਾਤਾਰ ਬਹੁਤ ਵਧੀਆ ਪ੍ਰੋਗਰਾਮ ਲਗਾ ਰਹੇ ਸਨ ਕਿ ਅਚਾਨਕ 18 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਲਵਿਦਾ ਕਹਿ ਗਏ। ਬੇਸ਼ੱਕ ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹਨਾਂ ਦੇ ਗੀਤ ਹਮੇਸ਼ਾ ਲੋਕ ਮਨਾਂ ਵਿੱਚ ਵੱਸੇ ਰਹਿਣਗੇ।